लोकतंत्र की पहली पौड़ी वजो जानिया जांदियां पंचायती चोणां पंजाब दे विच 15 अक्तूबर नूं हो रही है। इहदे विच सिर्फ एक दिन बाकी बचा है। असीं मौजूद हाँ तलवंडी साबो दे पिंड नगरा विखे जिथे के लोग आपणो आपणे उम्मीदवार का चोण प्रचार कर रहे ने। साडे नाल अज उम्मीदवार है जिहड़े ओह बीबी सुरजिंदर कौर जिन्हां दा चोण निशान ट्रैक्टर है तुसीं देख रहे हो तस्वीरां दे विच किस तरह इह नारेबाजी कर रहे। इन्हां दे समर्थक बीबी रजिंदर कौर दे पक्ष दे विच पिंड नागले दे सपोर्टर वोटर नारेबाजी कर रहे ने। तुसीं देख रहे हो तस्वीरां दे विच एक आपदा जो चोण निशान है इन्हां दा ट्रैक्टर ओह ते मोहरां लाउण दे लई कितना किते अपीलां कर रहे ने। ते पिंड दे जिहड़े हरेक वार्ड दे वोटर है जिहड़े ओह इत्थे मौजूद ने ते इन्हां नूं लड्डूआं नाल भी अज तोलिया तुसीं देख चुके हो। सारे पिंड वार्ड वासियां ने लड्डूआं नाल तोलिया। आपां इन्हां नाल गल्लबात करांगे कि जे जितदे ने की तुहाडे पिंड दा इह वधिया काम करनगे और की समस्यावां ने पिंड दीआं। इह सारीआं गल्लां आपां इन्हां तों लवांगे। थोड़े जो विचार चर्चा इह आपां करदे आं अज। हांजी सब तों पहलां तां साडे चैनल ते तुहाडा स्वागत करदे आं। बहुत बहुत स्वागत जी। हांजी रब अरदास भी करदे आं भी तुसीं जितोगे जित जांदे आं तुसीं ਤਾਂ ਪਿੰਡ ਦੀਆਂ ਜੋ ਜੋ ਸਮੱਸਿਆ ਕਿਹੜੀਆਂ ਕਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਤੁਸੀਂ ਹੱਲ ਕਰਾਓ? ਪਹਿਲਾਂ ਤਾਂ ਜੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਪਹਿਲੀ ਸਮੱਸਿਆ ਪਿੰਡ ਦੀ ਪਾਣੀ ਆ। ਪਹਿਲਾ ਕੰਮ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਪਿੰਡ ਵਿੱਚ। ਬਾਕੀ ਹੋਰ ਸਾਰੀਆਂ ਸਮੱਸਿਆਵਾਂ ਜਿਵੇਂ ਸਾਡੇ ਪੜ੍ਹਾਈ ਦੇ ਤੌਰ ਤੇ ਸਕੂਲ ਦੀ ਸਮੱਸਿਆ ਆਉਂਦੀ ਆ ਸਾਡੇ ਵੱਲੋਂ ਉਹ ਵੀ ਕੀਤੀ ਜਾਊਗੀ। अच्छा जे आप कह गरीब मजदूरां दे पिंड दे विच किसानां दे प्रति जो की थोड़ा मतलब एजेंडा जां की समस्यावां की हल करोगे? जो भी इन्हां दा कोई काम होऊगा असीं सारे काम इन्हां दे सहयोग दे नाल चल के हरेक काम करांगे। जे जो अज असीं कहा ओह ठीक आ। अच्छा तुसीं पहलां भी मतलब पिंड पिंड गए हो, तुहानूं किन्ना क हुंगारा जिहड़ा लोकां दा वोटरां वल्लों मिल रिहा है? ਵੋਟਰਾਂ ਵੱਲੋਂ ਵੀਰ ਜੀ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ, ਬਹੁਤ ਹੰਗਾਰਾ ਭਰਿਆ ਗਿਆ। ਕਹਿੰਦੇ ਅਸੀਂ ਸਾਰੇ ਤੁਹਾਡੇ ਨਾਲ ਆ। ਵਿਹੜੇ ਵਾਲੇ ਭਰਾਵਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਆ ਮੇਰੇ ਵੱਲੋਂ, ਇੱਥੇ ਲੱਡੂਆਂ ਨਾਲ ਸਾਨੂੰ ਤੋਲਿਆ ਗਿਆ। ਯਾਨੀ ਕਿ ਤੁਸੀਂ ਮਤਲਬ ਸਰਪੰਚੀ ਚੋਣ ਜਿੱਤ ਜਾਂਦੇ ਹੋ ਤਾਂ ਤੁਸੀਂ ਮਿਲ ਬੈਠ ਕੇ ਜਿਹੜੇ ਲੋਕ ਕਹਿਣਗੇ ਉਹ ਫੈਸਲੇ ਕਰੋ? ਹਾਂਜੀ ਅਸੀਂ ਉਹ ਸਾਰੇ ਫੈਸਲੇ ਬਾਅਦ ਵਿੱਚ ਵੋਟਾਂ ਤੋਂ ਫੈਸਲੇ ਬੈਠ ਕੇ ਕਰਾਂਗੇ। ਹਾਂਜੀ ਸਾਡੇ ਨਾਲ ਵੋਟਰ ਸਪੋਰਟਰ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ। ਹਾਂਜੀ ਤੁਸੀਂ ਵੀ ਨਾਲ ਸਾਥ ਦੇਣਾ ਤੇ ਤੁਸੀਂ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਸਾਡੇ ਪਿੰਡ ਦੀਆਂ ਲੋਕ ਦੋ ਚਾਰ ਹੋ ਰਹੇ ਆ ਸਮੱਸਿਆਵਾਂ ਨਾਲ ਕੀ ਹੱਲ ਕਰੋਗੇ? ਕੀ ਨਾਂ ਹੈ ਤੁਹਾਡਾ ਜੀ? ਸਿੰਗਾਰਾ ਸਿੰਘ ਆ ਜੀ, ਢੱਕੀ ਵਾਲਾ ਕਹਿ ਦਿੰਦੇ ਆ ਜੀ। ਅਸੀਂ ਜੀ ਵਾਟਰ ਬਸ ਦਾ ਜਿਹੜਾ ਮੇਨ ਮੁੱਦਾ ਹੈਗਾ ਪਾਣੀ ਦੀ ਬਹੁਤ ਵੱਡੀ ਦਿੱਕਤ ਆ। ਉਹਦੇ ਬਾਅਦ ਅਸੀਂ ਪਹਿਲਾਂ ਵੀ ਕੁਝ ਕੰਮ ਕਰੇ ਆ, 50% ਹੋ ਗਿਆ, 50% ਕੰਮ ਰਹਿ ਗਿਆ ਵਾਟਰ ਬਸ ਦਾ। ਪੀਣ ਵਾਲੇ ਪਾਣੀ ਦਾ ਦਿੱਕਤ ਸੀਗੀ, ਉਹ ਆਉਣ ਵਾਲੇ ਸਮੇਂ ਚ ਅਸੀਂ ਸਰਪੰਚ ਬਣਦੇ ਆ, ਲੋਕਾਂ ਨੇ ਸਾਨੂੰ ਉਠਾਇਆ ਗਾ। ਪਾਣੀ ਆ, ਹੋਰ ਮੁੱਦੇ ਜਿਹੜੇ ਖੜੇ ਹੈਗੇ ਪਾਈਪ ਲਾਈਨ ਵਾਲੇ, ਅੱਗੇ ਲੱਗ ਕੇ ਕੰਮ ਕਰਾਂਗੇ। ਪਾਰਟੀਆਂ ਦੇ ਉੱਤੋਂ ਦੀ ਲੰਘ ਕੇ ਪਾਰਟੀਆਂ ਪੂਲਟੀਆਂ ਚੱਕਰ ਨੀ ਗਾ। ਸਾਰੀਆਂ ਪਾਰਟੀਆਂ ਦੇ ਇੱਥੇ ਬੰਦੇ ਆ, ਸਾਰੇ ਧਰਮਾਂ ਦੇ ਬੰਦੇ ਆ। ਆਪਾਂ ਇਸ ਈਰਖਾ ਨੀ ਕਰਨੀ ਕਿਸੇ ਨਾਲ। ਬਿਲਕੁਲ, ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ। ਹਾਂਜੀ ਬਾਈ, ਨੌਜਵਾਨਾਂ ਦੀ ਕੀ ਸਮੱਸਿਆਵਾਂ? ਤੁਸੀਂ ਨਾਲ ਤੁਰੇ ਫਿਰਦੇ ਹੋ, ਨਾਲ ਸਪੋਰਟ ਕਰ ਰਹੇ ਹੋ, ਕੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਨ ਜਾ ਰਹੇ ਹੋ? ਹਾਂਜੀ ਸਤਿ ਸ੍ਰੀ ਅਕਾਲ ਜੀ। ਪਹਿਲ ਦੇ ਆਧਾਰ ਤੇ ਨਾਂ ਕੀ ਹੈ ਤੁਹਾਡਾ? ਜਗਦੀਪ ਸਿੰਘ ਨਾਮ ਹੈ। ਜੀ ਵੀ ਕੀ ਕਹਿਣਾ ਚਾਹੁੰਦੇ ਹੋ? ਪਹਿਲ ਦੇ ਆਧਾਰ ਤੇ ਸਾਡੀ ਮੰਗ ਹੈ ਪਿੰਡ ਚ ਭਾਈਚਾਰਕ ਸਾਂਝ ਕਾਇਮ ਰਹੇ, ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਸਾਰੇ ਜਿੰਨੇ ਵੀ ਭਾਈਚਾਰਕ ਜਿੰਨੇ ਵੋਟ ਪਾਈ ਹੈ, ਨਹੀਂ ਭਾਈ ਸਾਰੇ ਦੇ ਕੰਮ ਬਰਾਬਰ ਦੇ ਹੋਣ। ਦੂਜੀ ਮੰਗ ਨੌਜਵਾਨਾਂ ਦੀ ਹੈ ਪਿੰਡ ਚ ਲਾਇਬ੍ਰੇਰੀ ਵਧੀਆ ਹੋਵੇ, ਐਜੂਕੇਟਡ ਹੋਣ, ਜੰਗੇ ਜੱਗੇ ਆਊਗੀ ਤਾਂ ਹੀ ਪਿੰਡ ਦਾ ਵਿਕਾਸ ਹੋਊਗਾ। ਜੰਗੇ ਜੱਗੇ ਉਹ ਪਿੰਡ ਦਾ ਫਿਰ ਵਿਕਾਸ ਹੋਊ। ਦੂਜਾ ਗਰਾਊਂਡ, ਗਰਾਊਂਡ 'ਚ ਵਧੀਆ ਚਾਰ ਦੀਵਾਰੀ, ਜਿੰਮ ਵਗੈਰਾ ਮੁੰਡੇ ਖੇਡਣ ਜਾਣ ਤਾਂ ਯੂਥ ਅੱਗੇ ਆਊਗਾ, ਤਾਂ ਹੀ ਪਿੰਡ ਦੀ ਤਰੱਕੀ ਆ। ਹਾਂਜੀ ਜਥੇਦਾਰ ਸਾਹਿਬ ਸਾਡੇ ਨਾਲ ਮੌਜੂਦ ਨੇ। ਹਾਂਜੀ ਲੱਗਦਾ ਤੁਹਾਨੂੰ ਇਹ ਸਰਪੰਚ ਬਣ ਕੇ ਕੋਈ ਕੰਮ ਕਰਨਗੇ? ਕੰਮ ਕਰਨਗੇ ਜੀ, ਬਹੁਤ ਵਧੀਆ। ਕੀ ਨਾਂ ਤੁਹਾਡਾ ਜੀ? ਮੇਰਾ ਗੁਰਲਾਲ ਸਿੰਘ ਨਾਂ ਹੈ ਜੀ। ਬਹੁਤ ਮਿਹਨਤੀ ਬੰਦੇ ਆ ਜੀ, ਦਿਲ ਦੇ ਸਾਹ ਬੰਦੇ ਆ ਜੀ, ਬਹੁਤ ਪਿੰਡ ਦਾ ਵਿਕਾਸ ਕਰਨਗੇ ਜੀ, ਸਾਨੂੰ ਇਹਦੇ ਉਮੀਦਾਂ ਬਹੁਤ ਜ਼ਿਆਦਾ ਉਮੀਦਾਂ। ਹਾਂਜੀ ਬਾਈ ਜੀ, ਕੀ ਨਾਂ? ਮਸਲਾ ਜੀ ਪਾਣੀ ਦਾ, ਜਿਹੜੀ ਸਾਡੀ ਪਾਈਪ ਲਾਈਨ ਨੜੀ ਪਈ ਹੈ ਜੀ, ਇੱਕ ਟੁੱਟ ਕੇ ਤੋਣੀ ਸੀਗੀ, ਉਹ ਵੀ ਪਵਾਉਣਗੇ ਜੀ। ਸਾਨੂੰ ਉਮੀਦ ਹੈ ਜਿਹੜੀ ਸਾਡੀ ਪਾਈਪ ਲਾਈਨ ਬੰਦ ਹੋ ਰਹੀ ਆ ਉਹ ਵੀ ਸਾਫ਼ ਕਰਾਉਣਗੇ ਜੀ, ਤੇ ਸਾਡੇ ਪਿੰਡ ਨੂੰ ਸਾਰਾ ਮਸ ਕੇ ਤੰਗ ਵੋਟ ਪੈ ਰਹੀ ਹੈ ਜੀ, ਵੱਧ ਤੋਂ ਵੱਧ ਇਹਨੂੰ ਵੀ ਪਾਣੀ ਦਾ ਹੱਲ ਕਰਨਗੇ ਕਰਨਗੇ। ਹਾਂਜੀ ਬਾਈ ਜੀ, ਕੀ ਨਾਂ ਤੁਹਾਡਾ? ਗੁਰਪਿਆਰ ਸਿੰਘ ਜੀ। ਲੱਗਦਾ ਵੀ ਇਹ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰਦੇ? ਹਾਂਜੀ, ਉਮੀਦਾਂ ਤੇ ਪੂਰਾ ਕਰਾ ਉਤਰਨੇ, ਬਹੁਤ ਵਧੀਆ ਇਨਸਾਨ ਹੈ ਜੀ।
जोड़ के नथे लहरी पिंड पढ़ने जाते असि भी चौथे पिंड जवान कुत्तियां भैन दूजे पिंड पढ़ने जा प्लस टू तक स्कूल करवाना एक इस बार पूरा जोर लाना बाकी पानी का प्रभाव तुम दस दिता जिम ग्राउंड की सब कुछ एक मनरेगा का काम जो पिंड बहुत साढ़े मजदूर भाइयों वहम रहता कि घट वो फुल करवाना एक बिल्कुल साढ़े औरत लेडीज भी मौजूद ने आप गलबात करते हैं की कहना चाहते हैं इन्हों की समस्यावान। हाँ जी भैन जी की नाम तो लड्डू किवें बंडे जा रहे हैं लड्डूआं दी पिंड दे विच जो लड्डू है वह बंडे जा रहे हैं तुम देख रहे हो तस्वीर किस तरह सुखविंदर कौर सरपंच तो बाद पहला काम इन्हें पहला पानी इना बुरा हाल साढ़े महल पानी खातर जो टूरने काम बद टूरने बधाया ने पाव दस 20,000 रुपये ला गया को टूरने पूरा पानी कराया ने ये बंदे ने साढ़े मेजर है भी जितू है चोन लड़िया जो लड्डू तोले कक्का टक्की आले नू की कहना चाहना कि लगता सू कर देंगे समस्यावान हल। हां जी हां अपना टूटिया का हल कर फिर साढ़े पानी घट आता टेल का सारे पिंड च लगन लगता पानी पाउणगे लोकां वोटां इन्हां नूं। हाँ जी हाँ जी गरीब जनता सारी पाऊ जी समाज सेवा करने वाला बंदा जी छोटी बिलकुल लोग पिंड जिन्होंने दस्या जित जाते हैं मसले साडे हल करनगे वोटा पा के इस सरपंची दियां सरपंच बनावांगे। कैमरामैन कमल दे नाल लखविंदर शर्मा।